ਹੁਣ ਗੱਲ ਕਰਦੇ ਹਾਂ ਆਮ ਲੋਕਾਂ ਤੇ ਪੈ ਰਹੀ ਮਹਿੰਗਾਈ ਦੀ ਮਾਰ ਤੇ ਆਮ ਲੋਕਾਂ ਤੇ ਲਗਾਤਾਰ ਚੌਤਰਫਾ ਮਹਿੰਗਾਈ ਦਾ ਵਾਰ ਹੋ ਰਿਹਾ ਤੇ ਅੱਜ ਮੁੜ ਤੋਂ ਸੀਐਨਜੀ ਮਹਿੰਗੀ ਹੋ ਗਈ ਹੈ। ਦੱਸਦੇ ਕਿ ਅੱਜ ਮੁੜ ਤੋਂ ਸੀਐਨਜੀ ਦੇ ਰੇਟ ਵਧੇ ਨੇ 2.5 ਰੁਪਏ ਸੀਐਨਜੀ ਦੇ ਰੇਟ ਜਿਹੜੇ ਨੇ ਅੱਜ ਇੱਕ ਵਾਰ ਫਿਰ ਤੋਂ ਵਧਾ ਦਿੱਤੇ ਗਏ ਨੇ। ਸੋ ਆਮ ਲੋਕਾਂ ਤੇ ਲਗਾਤਾਰ ਹਰ ਪਾਸਿਓਂ ਮਹਿੰਗਾਈ ਦੀ ਚੌਤਰਫਾ ਮਾਰ ਪੈਂਦੀ ਨਜ਼ਰ ਆ ਰਹੀ ਹੈ, ਭਾਵੇਂ ਪੈਟਰੋਲ ਡੀਜ਼ਲ ਦੇ ਰੇਟ ਹੋਣ, ਸੀਐਨਜੀ ਪੀਐਨਜੀ ਹੋਵੇ, ਸਿਲੰਡਰਾਂ ਦੀ ਕੀਮਤ ਹੋਵੇ ਵਧ ਰਹੀ ਹੈ ਤੇ ਅੱਜ ਮੁੜ ਤੋਂ ਸੀਐਨਜੀ 2.5 ਰੁਪਏ ਮਹਿੰਗੀ ਕਰਤੀ ਗਈ ਹੈ। ਦੱਸਦੇ ਕਿ ਹਫ਼ਤੇ ਭਰ ਵਿੱਚ ਹੀ 9.60 ਰੁਪਏ ਸੀਐਨਜੀ ਦੀ ਕੀਮਤ ਵਧ ਗਈ ਹੈ। ਦਿੱਲੀ 'ਚ ਇਸ ਵੇਲੇ ਸੀਐਨਜੀ ਦੀ ਕੀਮਤ 69.11 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਨੋਇਡਾ ਗਾਜ਼ੀਆਬਾਦ ਵਿੱਚ 71.67 ਰੁਪਏ ਪ੍ਰਤੀ ਕਿਲੋ ਸੀਐਨਜੀ ਦੀ ਕੀਮਤ ਹੋ ਚੁੱਕੀ ਹੈ। ਸੋ ਚੌਤਰਫਾ ਮਾਰ ਜਿਹੜੀ ਹੈ ਲਗਾਤਾਰ ਮਹਿੰਗਾਈ ਦੀ ਪੈਂਦੀ ਜਾ ਰਹੀ ਹੈ, ਜਿਸ ਨਾਲ ਹਰ ਹੋਰ ਵਸਤੂਆਂ 'ਤੇ ਵੀ ਇਸ ਦਾ ਅਸਰ ਜਿਹੜਾ ਨਜ਼ਰ ਆਏਗਾ। सीएनजी जिहड़े ऑटो ने टैक्सी ने ज्यादातर सीएनजी ते चलते हैं, अजिहे विचकार अगे इसका भी असर वड्डे पद्धर ते नजर आएगा। उते पेट्रोल डीजल के भाव भी लगातार वधदे जा रहे हैं। आम आदमी दे लई इस वेले गड्डी चलाना खासा मुश्किल हो गया। दसी कि सीएनजी की कीमत अज एक बार फिर तो 2.5 रुपए का वाधा होया और दिल्ली च हुण सीएनजी की कीमत 69.11 रुपए प्रति किलो से पहुंच गई है। हफ्ते पर 9.60 रुपए सीएनजी की कीमत च वाधा होया।